ਓਕੇ ਜੀ, ਅਸੀਂ ਇੱਕ ਜ਼ਰੂਰੀ ਸਬਜੈਕਟ 'ਤੇ ਗੱਲ ਕਰਨੀ ਹੈ। ਹਰ ਸਭ ਜ਼ਰੂਰੀ ਹੈ, ਆਹ ਅੱਜ ਸਬਜੈਕਟ ਬਹੁਤ ਜ਼ਰੂਰੀ ਹੈ। ਅਸੀਂ ਗੱਲ ਕਰਨੀ ਹੈ ਹੱਕ ਜਫੀ ਬਾਬਤ। ਅੰਗਰੇਜ਼ੀ 'ਚ ਅਸੀਂ ਕਹਿੰਦੇ ਹਾਂ ਹੱਕ ਜਫੀ। ਕਈ ਹੱਕ ਨੂੰ ਤੁਸੀਂ ਜਫੀਆਂ ਕਹਿੰਦੇ ਹੋ, ਠੀਕ ਹੈ। ਕੀ ਹੈ, ਕਾਹਤੋਂ ਨੈਸੈਸਰੀ ਹੈ ਅਤੇ ਰਿਕਵਰੀ ਵਿੱਚ ਕਿਉਂ ਜ਼ਰੂਰੀ ਹੈ? ਸੋ ਜਫੀ ਕੀ ਹੁੰਦੀ ਹੈ? ਜਫੀ ਹੁੰਦੀ ਹੈ ਜਦੋਂ ਆਦਮੀ ਦੂਜੇ ਦੇ ਨਾਲ ਕੰਟੈਕਟ ਕਰਦਾ। ਅਸੀਂ ਵੇਖਿਆ ਹੋਊਗਾ ਇੰਡੀਆ, ਜਸਟ ਲਾਈਕ ਯੂ ਨੋ, ਕਿਸੇ ਨੇ ਘਰ ਆਉਂਦੇ ਆ, ਅਸੀਂ ਉਵੇਂ ਬੁਲਾਉਂਦੇ ਹਾਂ, ਹੈ ਨਾ, ਲਾਈਕ ਅਸੀਂ ਕੰਟੈਕਟ ਕਰਦੇ ਹਾਂ। ਕੰਟੈਕਟ ਅਸੀਂ ਕਾਹਤੋਂ ਕਰਦੇ ਹਾਂ? ਕਿਉਂਕਿ ਜਦੋਂ ਇੱਕ ਆਦਮੀ ਦੂਜੇ ਦੇ ਨਾਲ ਕੰਟੈਕਟ ਕਰਦਾ, ਹੱਥ ਟੱਚ ਕਰਦਾ, ਠੀਕ ਹੈ, ਉਹਦੇ ਨਾਲ ਇੱਕ ਦਵਾਈ ਆਪਦੇ ਖੂਨ ਵਿੱਚ ਬਾਹਰ ਆ ਜਾਂਦੀ ਹੈ। ਉਹ ਦਿਮਾਗ ਚੋਂ ਹੈਗੀ ਹੈ, ਪਿਟੂਇਟਰੀ ਗਲੈਂਡ ਤੋਂ ਨਿਕਲਦੀ ਹੈ ਅਤੇ ਉਹ ਸਾਰਾ ਸਰੀਰ ਵਿੱਚ ਜਾਂਦੀ ਹੈ। ਉਹਦਾ ਨਾਮ ਹੈਗਾ ਆਕਸੀਟੋਸਨ। ਆਕਸੀਟੋਸਨ ਉਹ ਹੈਗਾ ਪਿਆਰ ਵਾਲਾ ਹੋਰਮੋਨ। ਆਕਸੀਟੋਸਨ ਜੇ ਉਹ ਵੱਧਦਾ, ਆਦਮੀ ਨੂੰ ਪਿਆਰ ਜ਼ਿਆਦਾ ਮਿਲਦਾ। ਜਦੋਂ ਪਿਆਰ ਵਾਹਵਾ ਮਿਲਿਆ ਚੰਗੇ ਤੌਰ 'ਤੇ, ਫਿਰ ਆਦਮੀ ਨੇ ਗਲਤ ਕੰਮ ਘੱਟ ਕਰਨੇ। ਮੈਂ ਇੱਕ ਵੀ ਬੰਦਾ ਨਹੀਂ ਵੇਖਿਆ ਜਿਹੜਾ ਨਸ਼ਾ ਕਰਦਾ, ਸ਼ਰਾਬ ਪੀਂਦਾ, ਜਿਹੜਾ ਪਰੇਸ਼ਾਨ ਹੈਗਾ, ਜਿਹੜਾ ਡਿਪਰੈਸ਼ਨ 'ਚ ਹੈ। ਮੈਂ ਇੱਕ ਨਹੀਂ ਜਾਣਾ ਮਿਲਿਆ ਜਿਹੜੇ ਦੇ ਵਿੱਚ ਆਹ ਵਾਹਵਾ ਸਾਰਾ ਹੈਗਾ ਇਕੱਠਾ। ਸਾਰੇ ਬਿਮਾਰ ਹੈਗੇ ਆ, ਇਹ ਘਾਟ ਹੈ। ਅਤੇ ਆਉਂਦਾ ਕਿੱਥੋਂ? ਇਹ ਆਉਂਦਾ, ਇਹ ਸ਼ੁਰੂ 'ਚ ਹੁੰਦਾ ਮੰਮੀ, ਜਦੋਂ ਜਫੀ ਮੰਮੀ ਕਰਦੀ ਹੈ ਛੋਟੇ ਜਬ ਜਵਾਕ ਨੂੰ, ਐਵੇਂ ਕਰਦੀ ਹੈ। ਤੁਹਾਨੂੰ ਪਤਾ ਇੱਕ ਵੱਡਾ ਜ਼ਖਮ ਬਣ ਜਾਂਦਾ ਜਦੋਂ ਬਚਪਨ ਦੇ ਵਿੱਚ। ਕਈ ਵਾਰੀ ਬੱਚੇ ਨੂੰ ਹੋਸਪਿਟਲ ਜਾਣਾ ਪੈਂਦਾ ਇੱਕ ਦੋ ਹਫ਼ਤੇ, ਅਤੇ ਕਈ ਵਾਰੀ ਬੱਚੇ ਕਾਫੀ ਬਿਮਾਰ ਹੋ ਜਾਂਦੇ, ਮਹੀਨਾ ਲੱਗ ਜਾਂਦਾ। ਉਹ ਜਿਹੜੇ ਬੱਚੇ ਹੈਗੇ ਆ ਜਿਹੜੇ ਨੇ ਵਾਹਵਾ ਚਿਰ ਹੋਸਪਿਟਲ ਗਏ ਆ, ਮੰਮੀ ਤੋਂ ਦੂਰ ਆ, ਉਹਨਾਂ ਦੇ ਵਿੱਚ ਜ਼ਖਮ ਬਣ ਜਾਂਦਾ। ਕਈ ਉਹ ਇੱਕ ਘਰ ਵਾਲਾ ਰਹੇ ਨਹੀਂ, ਦੂਜੇ ਘਰ ਔਰ ਅਡੋਪਸ਼ਨ ਹੋ ਗਈ ਉਹਨਾਂ ਦੀ, ਅਤੇ ਮਾਂ ਅਤੇ ਪਿਓ ਉਹ ਉਹਨਾਂ ਤੋਂ ਜਾਫੀ ਘੱਟ ਮਿਲੀ। ਜਾਫੀ ਜਦੋਂ ਘੱਟ ਮਿਲੀ ਫਿਰ ਇਹ ਘੱਟ ਜਾਂਦਾ, ਆਕਸੀਟੋਸਨ ਘੱਟ ਜਾਂਦਾ। ਫਿਰ ਕੀ ਹੁੰਦਾ? ਫਿਰ ਆਦਮੀ ਪਿਆਰ ਪਾਲਣ ਲੱਗਦਾ ਹੋਰ ਤਰੀਕੇ ਦੇ ਨਾਲ। ਨਸ਼ਾ ਤਰੀਕੇ ਦੇ ਨਾਲ ਉਹ ਫਿਰ ਡੋਪਮੀਨ ਵਾਲਾ ਕੰਮ ਹੈ। ਡੋਪਮੀਨ ਹੁੰਦਾ ਜਦੋਂ ਕੁਛ ਵਧੀਆ ਫੀਲ ਹੁੰਦਾ, ਨਸ਼ਾ
ਜੇ ਮੈਂ ਕੋਕੇਨ ਕਰਦਾ, ਜੇ ਮੈਂ ਕੋਈ ਨਸ਼ਾ ਕਰਦਾ, ਉਹ ਡੋਪਮੀਨ ਨੂੰ ਇੰਪੈਕਟ ਕਰਦਾ। ਜੇ ਮੈਂ ਸਮਾਰਟਫੋਨ ਆਪਦਾ ਵੇਖਦਾ ਹਾਂ ਨਾ, ਦਿਮਾਗ ਵਿੱਚ ਡੋਪਮੀਨ ਨਿਕਲਦੀ ਰਹਿੰਦੀ ਹੈ। ਪਰ ਜਿਹੜਾ ਆਕਸੀਟੋਸਨ ਹੈ, ਜਿਹੜਾ ਇਹਦੇ ਕਰਕੇ ਆਦਮੀ ਵਧੀਆ ਫੀਲ ਹੁੰਦਾ, ਉਹ ਲੈਂਦਾ ਨਹੀਂ, ਉਹ ਰਹਿੰਦਾ ਹਮੇਸ਼ਾ ਨਾਲ। ਪਰ ਜਦੋਂ ਇਹਦੇ ਨਾਲ ਅਸੀਂ ਵਧੀਆ ਫੀਲ ਕਰਦੇ ਹਾਂ, ਡੋਪਮੀਨ ਨਾਲ, ਨਸ਼ੇੜੀ ਤਰੀਕੇ ਦੇ ਨਾਲ, ਪੋਰਨੋਗ੍ਰਾਫੀ ਵੇਖ ਕੇ, ਨੈੱਟ ਵੇਖ ਕੇ, ਜੂਆ ਖੇਡ ਕੇ, ਜੋ ਵੀ ਗਲਤ ਕੰਮ ਕਰਕੇ, ਵਧੀਆ ਤਾਂ ਫੀਲ ਹੁੰਦਾ ਪਰ ਇਹ ਲੈ ਜਾਂਦਾ, ਅਤੇ ਜਦੋਂ ਲੈ ਜਾਂਦਾ ਫਿਰ ਆਦਮੀ ਬੁਰਾ ਫੀਲ ਕਰ ਹੁੰਦਾ, ਅਤੇ ਉਹਦੇ ਤੋਂ ਬਾਅਦ ਫਿਰ ਉਹ ਦੁਬਾਰਾ ਕਰਨ ਨੂੰ ਜੀ ਕਰਦਾ, ਨਸ਼ਾ ਜਾਂ ਡਰੱਗ ਜਾਂ ਮਾੜਾ ਮਾੜੀ ਆਦਤ, ਕਿਉਂਕਿ ਇਹ ਲੈ ਜਾਂਦਾ। ਇੱਕ ਵਾਰੀ ਚੜ ਜਾਂਦਾ ਅਤੇ ਫਿਰ ਲੈ ਜਾਂਦਾ, ਅਤੇ ਫਿਰ ਆਦਮੀ ਨੂੰ ਦੁਬਾਰਾ ਕਰਨਾ ਪੈਂਦਾ। ਪਰ ਜਿਹੜਾ ਆਕਸੀਟੋਸਨ ਹੈ, ਇਹਦਾ ਲੈਵਲ ਸਟੈਡੀ ਰਹਿੰਦਾ। ਇਹ ਜਦੋਂ ਅਸੀਂ ਜਾਫੀ ਮਾਰਦੇ ਹਾਂ ਕਿਸੇ ਨੂੰ, ਆਕਸੀਟੋਸਨ ਨਿਕਲਦਾ। ਸੋ ਜੇ ਤੁਹਾਡੀ ਕੋਈ ਪ੍ਰੋਬਲਮ ਹੈਗੀ ਹੈ, ਜੇ ਤੁਸੀਂ ਕਿਸੇ 'ਚ ਕਿਸੇ ਨੂੰ ਧਿਆਨ ਨਾਲ ਵੇਖਦੇ ਹਾਂ, ਉਹਨਾਂ ਦੀ ਗੱਲ ਸੁਣਦੇ ਹਾਂ, ਅੱਖਾਂ ਦੇ ਵਿੱਚ ਵੇਖਦੇ ਹਾਂ। ਮੈਂ ਇੱਕ ਵੀਡੀਓ ਰਿਕਾਰਡ ਕੀਤੀ ਸੀ ਅਸੀਂ, ਮੈਨੂੰ ਇੱਕ ਗੁਣ ਤੁਹਾਡੇ 'ਚ ਜਿਹੜਾ ਦਿਸਦਾ ਉਹ ਹੈਗਾ, ਉਹ ਕੀ ਹੈ? ਸੋ ਮੈਂ ਕਿਸੇ ਨੂੰ ਕਹਿ ਸਕਦਾ, ਭੁਪਿੰਦਰ, ਮੈਂ ਤੇਰੇ 'ਚ ਇੱਕ ਬਹੁਤ ਵੱਡਾ ਗੁਣ ਦਿਸਦਾ ਮੈਨੂੰ, ਤੁਸੀਂ ਪਿਆਰ ਬਹੁਤ ਕਰਦੇ ਹਾਂ, ਪਿਆਰ ਬਹੁਤ ਹੈਗਾ। ਜਦੋਂ ਮੈਂ ਭੁਪਿੰਦਰ ਨੂੰ ਐਵੇਂ ਕਹਿੰਦਾ, ਉਹਦੇ ਦਿਮਾਗ ਆਕਸੀਟੋਸਨ ਬਣਾਉਣ ਲੱਗ ਜਾਂਦਾ। ਠੀਕ ਹੈ, ਰਿਕਵਰੀ, ਜੇ ਅਸੀਂ ਰਿਕਵਰ ਕਰਨਾ, ਇਹ ਜਿਹੜਾ ਆਕਸੀਟੋਸਨ ਦਾ ਘਾਟ ਅਸੀਂ ਪੂਰਾ ਕਰਨਾ, ਅਤੇ ਸਭ ਤੋਂ ਵਧੀਆ ਤਰੀਕਾ ਹੈਗੀ ਹੈ ਕਿਸੇ ਦੇ ਵਿੱਚ ਗੁਣ ਪਾਲਣਾ, ਉਹ ਫਿਰ ਤੁਹਾਡੇ 'ਚ ਗੁਣ ਪਾਲਣਗੇ। ਹੋਰ ਵਧੀਆ ਤਰੀਕਾ ਹੈਗਾ ਜਾਫੀ ਦੇਣੀ, ਹਿਊਮਨ ਕੰਟੈਕਟ, ਹੱਥ ਫੜਨਾ। ਯੂਨੋ, ਜਦੋਂ ਜਦੋਂ ਵਾਈਫ ਸਪਾਊਸ ਹੁੰਦੀ ਹੈ, ਉਹ ਕਈ ਵਾਰੀ ਹੱਥ ਫੜਨਾ ਚਾਹੁੰਦੀ ਹੈ ਮੈਰਿਜ ਤੋਂ ਬਾਅਦ। ਉਹ ਕਾਹਤੋਂ? ਕਿਉਂਕਿ ਲੇਡੀਜ਼ ਉਹ ਸਮਾਰਟ ਹੈ, ਉਹਨਾਂ ਨੂੰ ਪਤਾ ਰਿਲੇਸ਼ਨਸ਼ਿਪ ਬਣਦੀ ਹੈ ਆਕਸੀਟੋਸਨ ਨਾਲ। ਜੇ ਤੁਸੀਂ ਕਿਸੇ ਦੇ ਨਾਲ ਰਿਸ਼ਤਾ ਕਰਨਾ, ਰਿਸ਼ਤਾ ਬਣਾਉਣਾ ਦੂਜੇ ਦੇ ਨਾਲ, ਜਿੰਨਾ ਕੁ ਤੁਸੀਂ ਫਿਜ਼ੀਕਲ ਕੰਟੈਕਟ ਕਰਨਾ, ਨਾਨ ਸੈਕਸ਼ੂਅਲ, ਸੈਕਸ ਵਾਲਾ ਕੰਮ ਨਹੀਂ, ਸੈਕਸ ਵਾਲਾ ਕੰਮ ਡੋਪਮੀਨ ਹੈ। ਕੋਈ ਨਾ, ਉਹ ਵੀ ਆ ਜੂਗਾ ਸਪਾਊਸ ਨਾਲ। ਪਰ ਕਈ ਵਾਰੀ ਬੰਦੇ ਸਮਝਦੇ ਆ ਜੇ ਰਿਲੇਸ਼ਨਸ਼ਿਪ ਸਾਰਾ ਕੁਝ ਸੈਕਸ ਹੀ ਹੈ, ਸੈਕਸ ਸੈਕਸ ਸੈਕਸ। ਲੇਡੀ ਕੀ ਪਾਲਦੀ? ਲੇਡੀ ਆਕਸੀਟੋਸਨ ਪਾਲਦੀ ਹੈ, ਬੰਦਾ ਵੀ ਆਕਸੀਟੋਸਨ ਪਾਲਦਾ, ਪਰ ਕਈ ਵਾਰੀ ਉਹਨੂੰ ਪਤਾ ਵੀ ਨਹੀਂ ਕੀ ਹੈ। ਕਈ ਬੰਦੇ, ਉਹਨਾਂ ਨੂੰ ਕਦੇ ਜਾਫੀ ਕਿਸੇ ਨੇ ਮਾਰੀ ਨਹੀਂ। ਕਈ ਬੰਦੇ ਹੈਗੇ ਜਿਹੜੇ
ਕਿਸ ਕੋਈ ਕਿਸੇ ਨੇ ਉਹਨੂੰ ਧਿਆਨ ਨਹੀਂ ਦਿੱਤਾ। ਬੁਰੀਆਂ ਦਾ ਕੰਮ ਹੈ ਇਹੋ ਜਿਹੇ ਭੁਲੇਖੇ ਜਾਂ ਖਿਆਲ ਦਿਮਾਗ ਦੇ ਵਿੱਚ ਉਹਦੇ ਵਿੱਚ ਭਰ ਦਿੰਦੇ ਆ। ਸਭ ਤੋਂ ਵਧੀਆ ਰਿਲੇਸ਼ਨਸ਼ਿਪ ਹੁੰਦਾ ਜਦੋਂ ਅਸੀਂ ਆਕਸੀਟੋਸਨ ਕਰਦੇ ਹਾਂ, ਫਿਜ਼ੀਕਲ ਕੰਟੈਕਟ। ਜੇ ਤੁਸੀਂ ਆਪਦੀ ਵਾਈਫ ਨਾਲ ਰਿਲੇਸ਼ਨਸ਼ਿਪ ਰਿਪੇਅਰ, ਜੇ ਰਿਲੇਸ਼ਨਸ਼ਿਪ ਤੁਹਾਡਾ ਖਰਾਬ ਹੋਇਆ ਪਿਆ ਤੇ ਤੁਸੀਂ ਤਕੜਾ ਕਰਨਾ, ਤੁਹਾਡੇ ਦਿਮਾਗ ਵਿੱਚ ਇਹ ਸੋਚਣਾ ਚਾਹੀਦਾ ਆਕਸੀਟੋਸਨ ਕਿਵੇਂ ਵਧਾ ਸਕਦੇ ਹਾਂ, ਅਸੀਂ ਕਿਵੇਂ ਫਿਜ਼ੀਕਲੀ ਕੰਟੈਕਟ ਕਰ ਸਕਦੇ ਹਾਂ। ਜੇ ਅਸੀਂ ਫਿਜ਼ੀਕਲੀ ਕੰਟੈਕਟ ਕਰਦੇ ਹਾਂ, ਦੂਜੇ ਦਾ ਗੁੱਸਾ ਘੱਟ ਜਾਂਦਾ। ਜਦੋਂ ਬੱਚਾ ਰੋਂਦਾ ਮਾਂ ਕੀ ਕਰਦੀ ਹੈ, ਉਹ ਚੱਕ ਕੇ ਕੀ ਕਰਦੀ ਹੈ, ਧਿਆਨ ਕਰੋ, ਹਾਂ ਚੱਕ ਕੇ ਪਹਿਲਾਂ ਉਹਨੂੰ ਰੌਕ ਕਰਦੀ ਹੈ, ਫਿਰ ਹੋਰ ਕੀ ਕਰਦੀ ਹੈ, ਉਹ ਆਪਦੀ ਆਵਾਜ਼ ਦਿੰਦੀ ਹੈ। ਕਿੱਥੇ ਝਾਕਦੀ ਹੈ, ਉਹਦੇ ਵੱਲ। ਹਾਂਜੀ ਕੁਛ ਨਹੀਂ, ਖੇਡਣ ਲੱਗ, ਸਮਝਦੇ ਹਾਂ। ਉਹ ਬੱਚੇ ਜਿਹੜਾ ਅਪਸੈਟ ਸੀ, ਉਹਦੇ ਦਿਮਾਗ ਉਹ ਇੰਨਾ ਆਕਸੀਟੋਸਨ ਬਣਾਉਣ ਲੱਗ ਪਿਆ, ਉਹ ਇੱਕਦਮ ਕਾਮ ਹੋ ਗਿਆ। ਇਹ ਆਕਸੀਟੋਸਨ ਦਾ ਕੰਮ ਹੈ। ਜੇ ਤੁਸੀਂ ਉੱਪਰ ਚੜੇ ਹੋਏ ਹੈ ਤੇ ਤੁਸੀਂ ਆਪਦੇ ਆਪ ਨੂੰ ਲੈਵਲ ਤੇ ਲਿਆਉਣਾ ਚਾਹੁੰਦੇ ਹੈ, ਫਿਰ ਆਕਸੀਟੋਸਨ ਵਾਲਾ ਕੰਮ ਸਭ ਤੋਂ ਤਕੜਾ ਹੈ ਤੇ ਲੈਂਦਾ ਵੀ ਨਹੀਂ। ਸੋ ਤੁਸੀਂ ਸੋਚਣਾ, ਮੈਂ ਆਪਦੀ ਆਪ ਵਿੱਚ ਤੇ ਆਪਦੇ ਰਿਸ਼ਤੇਦਾਰੀਆਂ ਚ, ਆਪਦੇ ਜਿਹੜੇ ਸੰਬੰਧ ਹੈਗੇ ਆ, ਜਿਹੜੇ ਲੋਕ ਤੁਹਾਡੇ ਨਾਲ ਆ, ਉਹਨਾਂ ਦੇ ਨਾਲ ਤੁਸੀਂ ਆਕਸੀਟੋਸਨ ਕਿਵੇਂ ਵਧਾ ਸਕਦੇ ਆ। ਇਹੋ ਜਿਹੇ ਤਰੀਕੇ, ਗੱਲ ਕਰਨੀ, ਅੱਖਾਂ ਦੇ ਨਾਲ ਧਿਆਨ ਦੇਣਾ, ਸੁਣਨਾ ਕੰਨਾਂ ਨਾਲ, ਆਈ ਨੀ ਫੋਨ ਇੱਥੇ ਰਹਾ ਹਾਂ, ਬੱਚਾ ਕੰਮ ਹੋਊਗਾ ਜੇ ਮਾਂ ਐਵੇਂ ਫੋਨ ਚੱਕਿਆ ਤੇ ਨਾ, ਧਿਆਨ ਉੱਥੇ ਹੀ ਹੋਣਾ ਪੈਂਦਾ। ਸੋ ਫਿਜ਼ੀਕਲ ਕੰਟੈਕਟ, ਨਾਨ ਸੈਕਸ਼ੂਅਲ, ਬਿਕਾਜ਼ ਸੈਕਸ਼ੂਅਲ ਡੋਪਮੀਨ ਹੈ, ਉਹ ਲੈ ਜਾਂਦਾ, ਰਹਿੰਦਾ ਨਹੀਂ। ਕਈ ਅੱਜ ਕੱਲ੍ਹ ਬਹੁਤ ਬੰਦੇ ਹੈਗੇ ਜਿਹੜੇ ਆਪਦੇ ਵਿਆਹ ਤੋਂ ਬਾਹਰ ਸਟੈਪ ਕਰਦੇ, ਕੀ ਕਹਿੰਦੇ ਉਹਨੂੰ, ਅਫੇਅਰ ਨੂੰ ਕੀ ਕਹਿੰਦੇ ਆ, ਕਿਸੇ ਹੋਰ ਦੇ ਨਾਲ ਫਿਰਨਾ, ਸਰੀਰਕ ਸੰਬੰਧ, ਹਾਂ ਕਿਸੇ ਹੋਰ ਦੇ ਨਾਲ ਸਰੀਰਕ ਸੰਬੰਧ, ਸਰੀਰਕ ਓਕੇ, ਕਿਸੇ ਹੋਰ ਦੇ ਨਾਲ ਸਰੀਰਕ ਸੰਬੰਧ ਕਰਨਾ। ਸੋ ਅੱਜ ਕੱਲ੍ਹ ਹੁੰਦਾ, ਆਮ ਹੁੰਦਾ, ਆਪਣੇ ਘੱਟ ਹੀ ਗੱਲ ਕਰਦੇ ਇਹਦੇ ਵਾ, ਪਰ ਹੁੰਦਾ ਬਹੁਤ। ਕਾਹਤੋਂ, ਮੈਂ ਤੁਹਾਨੂੰ ਦੱਸਦਾ, ਜਿਹੜੇ ਰਿਸ਼ਤੇ 'ਚ ਆਕਸੀਟੋਸਨ ਬਹੁਤ, ਨਾ ਬੰਦਾ ਨਾ ਬੜੀ ਬਾਹਰ ਜਾਣ ਨੂੰ ਤਿਆਰ ਹੈ। ਕਾਹਤੋਂ, ਸਾਰਾ ਕੁਛ ਉਹਨੇ ਹੀ ਮਿਲਦਾ, ਜੇ ਇਹ ਵੱਧ ਹੈ ਕੋਈ ਨਾ ਆ ਵੀ ਆ ਜਾਂਦਾ, ਕੋਈ ਅਫੇਅਰ ਦੀ ਲੋੜ ਨਹੀਂ। ਜਦੋਂ ਆਦਮੀ ਤੇ ਲੇਡੀ ਉਹਨਾਂ ਦਾ ਰਿਸ਼ਤੇ ਦੇ ਵਿੱਚ
ਫਰਕ ਪਿਆ ਵਿਆ, ਹਗਜ਼ ਨਹੀਂ ਕਰਦੇ, ਜਾਫੀ ਨਹੀਂ ਮਾਰਦੇ, ਟਾਈਮ ਸਪੈਂਡ ਨਹੀਂ ਕਰਦੇ, ਫਿਰ ਹੀ ਉੱਥੇ ਉਹ ਹੋ ਸਕਦਾ। ਅਤੇ ਇੱਕ ਇਕੱਲਾ ਬੰਦੇ ਦਾ ਕਸੂਰ ਨਹੀਂ, ਲੇਡੀ ਦਾ ਵੀ ਕਸੂਰ ਨਹੀਂ, ਕਸੂਰ ਹੈ, ਬੰਦੇ ਦਾ ਵੀ ਕਸੂਰ ਹੈ। ਇਹ ਜਿਹੜਾ ਫਰਕ ਹੈ, ਸੋ ਜਦੋਂ ਰਿਕਵਰੀ ਵਾਲਾ ਟਾਈਮ ਆ ਜਾਂਦਾ ਹੈ ਨਾ, ਤੁਸੀਂ ਸੋਫੀ ਨਹੀਂ ਹੁੰਦੇ, ਤੰਗ ਕਰਦੇ ਹਾਂ, ਸਾਰਾ ਕੁਛ ਹੁੰਦਾ, ਫੈਮਲੀ ਟੁੱਟ ਜਾਂਦੀ ਹੈ, ਫਿਰ ਅਸੀਂ ਕਿਵੇਂ ਰਿਪੇਅਰ ਕਰੀਏ? ਪਹਿਲਾਂ ਸਾਨੂੰ ਆ ਜਿਹੜਾ ਆਕਸੀਟੋਸਿਨ ਵਾਲਾ, ਅਸੀਂ ਜਿਹਨੂੰ ਜਗਾਉਣਾ ਪੈਂਦਾ। ਜੇ 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 ਤੁਸੀਂ ਬਾਹਰ ਵਰਤਿਆ ਨਹੀਂ ਇਹ ਹਿੱਸਾ ਦਿਮਾਗ ਦਾ ਜਿੱਥੋਂ ਆਉਂਦਾ, ਇਹ ਆਉਂਦਾ ਪਿਟੂਇਟਰੀ, ਇਹ ਆਉਂਦਾ ਪਿਟੂਇਟਰੀ ਤੋਂ। ਅਤੇ ਜੇ ਤੁਸੀਂ ਵਧਾਉਣਾ ਚਾਹੁੰਦੇ ਹੋ ਇਹਨੂੰ, ਕਈ ਵਾਰ ਕਈ ਲੇਡੀਜ਼ ਉਹ ਕੰਪਲੇਨ ਕਰਦੇ ਆ, ਉਹ ਹੱਗ ਕਰਨਾ ਚਾਹੁੰਦੇ ਆ, ਪਰ ਬੰਦੇ ਨੂੰ ਹੱਗ ਕਰਨਾ ਇਟਸ ਲਾਈਕ ਹੱਗਿੰਗ ਅ ਪੋਸਟ, ਜਸਟ ਲਾਈਕ ਲੱਕੜ ਨੂੰ ਹੱਗ ਕਰਨਾ, ਕੁਛ ਹੈ ਨਹੀਂ, ਠੰਡਾ ਹੀ ਹੈ। ਲੇਡੀਜ਼ ਕਈ ਵਾਰੀ ਐਵੇਂ ਕਹਿੰਦੇ ਆ, ਤੁਹਾਨੂੰ ਲੱਗਦਾ ਉਹ ਰਿਸ਼ਤਾ ਠੀਕ ਹੋ ਰਹੇਗਾ? ਇਮੈਜਿਨ ਹੱਗਿੰਗ ਯੂਰ ਵਾਈਫ ਐਂਡ ਇਟਸ ਜਸਟ ਲਾਈਕ ਹੱਗਿੰਗ ਅ ਕੋਲਡ ਹਾਰਡ, ਇਹ ਰਿਸ਼ਤਾ ਨਹੀਂ ਠੀਕ ਹੋਣਾ। ਸੋ ਜੇ ਤੁਸੀਂ ਆਪਦੇ ਰਿਸ਼ਤੇ ਨੂੰ ਤਕੜਾ ਕਰਨਾ ਚਾਹੁੰਦੇ ਹੋ, ਪਹਿਲਾਂ ਤੁਹਾਨੂੰ ਇਹ ਰਿਸਟੋਰ ਕਰਨਾ ਪੈਣਾ ਆਕਸੀਟੋਸਿਨ ਦਾ, ਪਿਟੂਇਟਰੀ ਨੂੰ। ਕਿਸ ਤਰ੍ਹਾਂ? ਅਸੀਂ ਰਿਕਵਰੀ ਕਮਿਊਨਿਟੀ ਦੇ ਵਿੱਚ ਅਸੀਂ ਕਈ ਵਾਰੀ ਤੁਸੀਂ ਵੇਖੋਗੇ ਹੱਗਸ ਦਿੰਦੇ ਬੰਦੇ ਆਪਸ ਵਿੱਚ ਹੱਗ ਕਰਦੇ, ਬੰਦੇ ਲੇਡੀਜ਼ ਨੂੰ ਹੱਗ ਕਰਦੇ, ਲੇਡੀਜ਼ ਬੰਦੇ ਨੂੰ ਹੱਗ ਕਰਦੀ, ਲੇਡੀਜ਼ ਲੇਡੀਜ਼ ਨੂੰ ਹੱਗ ਕਰਦੀਆਂ, ਸੈਕਸ ਤੋਂ ਬਗੈਰ, ਨਾਨ ਸੈਕਸ਼ੂਅਲ। ਇਹ ਕਾਹਤੋਂ ਹੁੰਦਾ, ਕਾਹਤੋਂ ਕਰਦੇ? ਕਿਉਂਕਿ ਹਰ ਹੱਗ ਦੇ ਨਾਲ ਇਹ ਤੁਹਾਡਾ ਸਿਸਟਮ ਤਕੜੀ ਹੁੰਦੀ ਹੈ। ਇਹ ਜਿਹੜੇ ਜ਼ਖਮ ਬਹੁਤ ਛੋਟੇ ਤੋਂ ਬਣੇ ਹੋਏ ਆ, ਉਹ ਫਿਰ ਠੀਕ ਹੋਣ ਲੱਗ ਜਾਂਦੇ। ਇਹਨੂੰ ਕਹਿੰਦੇ ਅਟੈਚਮੈਂਟ ਵੂਨ ਰਿਪੇਅਰ, ਅਟੈਚਮੈਂਟ ਵੂਨ ਰਿਪੇਅਰ। ਸੋ ਠੀਕ ਕਰਨਾ ਜਿਹੜੇ ਸੰਬੰਧ ਆਪਣੇ ਮੰਮੀ ਡੈਡੀ ਦੇ ਨਾਲ ਸੀਗਾ ਬਚਪਨ ਤੋਂ, ਪਰ ਡਿਸਟਰਪਟ ਹੋ ਗਿਆ। ਜੇ ਅਸੀਂ ਛੋਟੇ ਸੀ, ਇੱਕ ਸਾਲਾਂ ਦੇ ਸੀ, ਅਡੋਪਸ਼ਨ ਹੋ ਗਈ, ਜ਼ਖਮ ਬਹੁਤ ਵੱਡੇ ਅਤੇ ਡੂੰਘੇ ਬਣ ਗਏ, ਭਾਵੇਂ ਤੁਹਾਡਾ ਚਾਚਾ ਜੀ ਨੇ ਤੁਹਾਨੂੰ ਅਡੋਪਟ ਕੀਤਾ, ਬਣ ਗਏ। ਜੇ ਤੁਸੀਂ ਇਹ ਨਹੀਂ ਠੀਕ ਕਰਦੇ, ਤੁਹਾਡਾ ਆਕਸੀਟੋਸਨ ਅੰਦਰ ਬਾਹਰ ਨਹੀਂ ਆਉਂਦਾ, ਉਹਦੇ ਕਰਕੇ ਤੁਸੀਂ ਇੱਕਦਮ ਆਪਦੇ ਆਪ ਨੂੰ ਸ਼ਾਂਤ ਨਹੀਂ ਕਰ ਸਕਦੇ, ਫਿਰ ਤੁਹਾਡੇ ਰਿਸਕ ਬਣਦੇ ਆ, ਤੁਸੀਂ ਕਿਤੇ ਹੋਰ ਸ਼ਾਂਤੀ ਪਾਲੋਗੇ। ਇਹ ਤਰੀਕੇ, ਸ਼ਰਾਬ, ਨਸ਼ਾ, ਜੂਆ ਤੇ ਹੋਰ। ਸੋ ਇਸ ਕਰਕੇ ਅਸੀਂ ਹੱਗ ਕਹਿੰਦੇ ਹਾਂ। ਸੋ ਜਾਫੀ ਕਿਵੇਂ ਮਾਰਨੀ ਹੈ, ਸੋ ਅਸੀਂ ਥੋੜ੍ਹੀ ਡੈਮੋਨਸਟ੍ਰੇਸ਼ਨ ਕਰਨੀ ਹੈ। ਅਤੇ ਮੈਂ ਤੁਹਾਨੂੰ ਪਹਿਲਾਂ ਦੱਸਦਾ, ਬੰਦਾ ਦੂਜੇ ਬੰਦੇ ਨੂੰ ਜਾਫੀ ਮਾਰ ਸਕਦਾ,
ਇਹ ਕੋਈ ਗਲਤ ਕੰਮ ਨਹੀਂ, ਵੈਸੇ ਜ਼ਰੂਰੀ ਹੈ। ਫਿਜ਼ੀਕਲ ਕੰਟੈਕਟ ਹੀਲ ਕਰਦਾ। ਸੋ ਮੈਂ ਤੁਹਾਨੂੰ ਥੋੜ੍ਹੇ ਤਰੀਕੇ ਦੱਸਦਾ। ਸੋ ਭੁਪਿੰਦਰ ਆ ਜਾਓ ਇੱਥੇ। ਸੋ ਆਹ ਹੈਗਾ ਭੁਪਿੰਦਰ, ਇੱਥੇ ਕੰਮ ਕਰਦਾ, ਬਹੁਤ ਵਧੀਆ ਸੇਵਾ ਕਰਦੇ ਆ। ਸੋ ਕਈ ਵਾਰੀ ਅਸੀਂ ਪੰਜਾਬੀ ਫੰਕਸ਼ਨ 'ਤੇ ਅਸੀਂ ਐਵੇਂ ਵੇਖਦੇ ਹਾਂ, ਸਾਈਡ ਹੱਕ ਠੀਕ ਹੈ, ਜੇ ਕੁਛ ਕਰ ਨਹੀਂ ਸਕਦੇ ਵਧੀਆ। ਇਹਦੇ ਨਾਲ ਫਿਜ਼ੀਕਲ ਟੱਚ ਹੈਗਾ, ਹੈ ਨਾ, ਇਹ ਫਿਜ਼ੀਕਲ ਟੱਚ ਇਨਫ ਹੈ, ਦਿਮਾਗ ਦੇ ਵਿੱਚ ਉਹ ਥੋੜ੍ਹਾ ਆਉਣ ਲੱਗ ਜਾਂਦਾ ਜਦੋਂ ਮੈਂ। ਪਰ ਕਈ ਲੋਕ ਹੈਗੇ ਆ ਜੇ ਤੁਹਾਡਾ ਆਕਸੀਟੋਸਿਨ ਤੁਸੀਂ ਕਦੇ ਬਾ ਯੂਜ਼ ਨਹੀਂ ਕੀਤਾ, ਹੈ ਨਾ, ਬਚਪਨ 'ਚ ਬਹੁਤ ਲੜਾਈ ਝਗੜੇ ਵੇਖੇ ਆ, ਫਿਰ ਤੁਸੀਂ ਕੰਫਰਟੇਬਲ ਨਹੀਂ ਮਹਿਸੂਸ ਕਰਨਾ ਹਮੇਸ਼ਾ। ਸੋ ਕਈ ਹੈਗੇ ਆ ਜਿਹੜੇ ਜਸਟ ਦੂਰ ਹੋ ਜਾਵੇ ਤੋਂ ਇਸ ਤਰ੍ਹਾਂ ਅਨਕੰਫਰਟੇਬਲ ਹੈਗੇ। ਸੋ ਜੇ ਕੁਛ ਅਨਕੰਫਰਟੇਬਲ ਹੈਗਾ, ਜਿਵੇਂ ਅਸੀਂ ਕੋਈ ਭਾਰ ਚੱਕਣਾ, ਜ਼ਰੂਰੀ ਨਹੀਂ ਅਸੀਂ ਜੇ 400 ਪਾਊਂਡ ਮੈਂ ਚੱਕਣ ਦੀ ਕੋਸ਼ਿਸ਼ ਕਰੂੰਗਾ, ਮੈਂ ਆਪਦੇ ਆਪ ਨੂੰ 60 ਖਾਊਂਗਾ। ਸ਼ੁਰੂ ਕਰਨਾ 5 ਪਾਊਂਡ ਤੋਂ, ਜਦੋਂ ਉਹ ਸੌਖਾ ਹੋ ਗਿਆ 10 ਪਾਊਂਡ ਤੋਂ। ਜੇ ਤੁਹਾਨੂੰ ਜਾਫੀ ਬਹੁਤ ਅਨਕੰਫਰਟੇਬਲ ਜੀ ਲੱਗਦੀ ਹੈ, ਮੈਂ ਕਹਿੰਦਾ ਨਹੀਂ ਜ਼ਰੂਰੀ ਪੂਰੀ ਜ਼ੋਰ ਦੀ ਕਰੋ, ਜੇ ਤੁਸੀਂ ਕੋਈ ਫਿਜ਼ੀਕਲ ਕੰਟੈਕਟ ਕੰਫਰਟੇਬਲ ਨਹੀਂ, ਮੋਢਾ ਹਮੇਸ਼ਾ ਸੇਫ ਹੁੰਦਾ, ਠੀਕ ਹੈ। ਹੈਲੋ ਜੀ, ਇਹਦੇ ਦਿਮਾਗ ਦੇ ਵਿੱਚ ਆਕਸੀਟੋਸਨ ਚੱਲਿਆ ਗਿਆ ਬਾਹਰ, ਠੀਕ ਹੈ। ਜੇ ਮੈਂ ਅੱਖਾਂ ਦੇ ਨਾਲ ਝਾਕਦਾ ਤੇ ਸਮਾਇਲ ਕਰਦਾ, ਮਾੜਾ ਆਕਸੀਟੋਸਨ ਆ ਗਿਆ। ਸੋ ਸਾਈਡ ਹੱਗ ਇਹ ਇੱਕ ਤਰੀਕਾ ਹੈਗਾ। ਆਕਸੀਟੋਸਨ ਵੱਧਦਾ ਜਿੰਨਾ ਚੱਲਦਾ ਟਾਈਮ ਤੁਸੀਂ ਰੱਖੋਗੇ, ਠੀਕ ਹੈ। ਸੋ ਜੇ ਤੁਸੀਂ ਇੱਕਦਮ ਐਵੇਂ ਕਰੋਗੇ ਘੱਟ ਫਾਇਦਾ, ਪਰ ਜੇ ਇੰਨਾ ਕੀ ਕਰ ਸਕਦੇ ਆ, ਇੰਨਾ ਕੁ ਵਧੀਆ। ਜੇ ਤੁਸੀਂ ਹੋਰ ਇਨਵੋਲਵ ਕਰਨਾ, ਦੇਰ ਇਜ਼ ਮੈਨੀ ਵੇਜ਼ ਟੂ ਹੱਗ, ਪਰ ਆਈ ਜਸਟ ਸ਼ੋਅ ਯੂ ਦ ਹਰਟ ਟੂ ਹਰਟ। ਸੋ ਹਰਟ ਟੂ ਹਰਟ ਹੱਗ ਇਜ਼ ਲਾਈਕ ਦੈਟ। ਸੋ ਮੈਂ ਤੁਹਾਨੂੰ ਥੋੜ੍ਹੀਆਂ ਗੱਲਾਂ ਦੱਸਦਾ ਇਹਦੇ ਬਾਬਤ। ਹਰਟ ਟੂ ਹਰਟ, ਮੇਰਾ ਦਿਲ ਇਹਦੇ ਦਿਲ ਦੇ ਨਾਲ, ਇਹ ਸਭ ਤੋਂ ਤਕੜਾ ਤਰੀਕਾ ਹੈਗਾ ਹੱਗ ਕਰਨ ਦਾ। ਤੇ ਹੱਗ ਕਰਕੇ ਛੱਡਣਾ ਨਹੀਂ, ਥੋੜਾ ਟਾਈਮ ਵਾਸਤੇ ਰੱਖਣਾ, ਐਨਰਜੀ ਟ੍ਰਾਂਸਫਰ ਹੋ ਜਾਂਦੀ ਹੈ, ਸਮਝ ਗਏ। ਦੂਜਾ ਹੈਗਾ, ਜੇ ਤੁਸੀਂ ਕਿਸੇ ਨੂੰ ਹੱਗ ਕਰਨਾ, ਜਿਵੇਂ ਲੇਡੀ ਹੈਗੀ ਹੈ, ਫੀਮੇਲ ਹੈਗੀ ਹੈ, ਹੈ ਨਾ, ਬੰਦਾ ਲੇਡੀ ਨੂੰ ਹੱਗ ਕਰ ਸਕਦਾ, ਮਾੜੀ ਗੱਲ ਨਹੀਂ ਹੈਗੀ। ਆਪਦੀ ਭੈਣ ਨੂੰ, ਜਿਹੜਾ ਸਮਝਦਾਰ ਬੰਦਾ, ਉਹ ਹਰ ਆਪਦੀ ਵਾਈਫ ਦੇ ਬਗੈਰ ਉਹ ਸਾਰੀ ਲੇਡੀਜ਼ ਨੂੰ ਸੋਚਣਾ, ਇਹ ਜਾਂ ਮੇਰੀ ਧੀ ਹੈ, ਜਾਂ ਮੇਰੀ ਭੈਣ ਹੈ, ਜਾਂ ਮੇਰੀ ਮਾਂ। ਵਾਈਫ ਤੋਂ ਬਗੈਰ ਮਾਂ, ਭੈਣ ਤੇ ਧੀ। ਜਿਹੜਾ ਸਮਾਰਟ ਬੰਦਾ ਉਹ ਸਾਰੇ ਲੇਡੀਜ਼ ਨੂੰ ਇਸ ਤਰ੍ਹਾਂ ਵੇਖੂਗਾ। ਸੋ ਜੇ ਅਸੀਂ ਹੱਗ ਕਰਨਾ,
ਅਸੀਂ ਕੋਈ ਸੈਕਸ਼ੂਅਲ ਥਾਂ ਨਹੀਂ ਹੱਥ ਲਾਉਣੇ। ਸੋ ਜੇ ਮੈਂ ਭੁਪਿੰਦਰ ਨੂੰ ਹੱਗ ਕਰਨਾ, ਮੈਂ ਉਹਦੇ ਵਾਲ 'ਚ ਨਹੀਂ ਹੱਥ ਕਰਨਾ, ਮੈਂ ਉਹਦੇ ਬੱਟ 'ਤੇ ਨਹੀਂ ਹੱਥ ਕਰਨਾ, ਮੈਂ ਜਸਟ ਟੂਈ 'ਤੇ ਪਿੱਛੇ, ਠੀਕ ਹੈ, ਫਿਰ ਸੇਫ ਹੈ, ਕਿਸੇ ਨੇ ਮਾਇੰਡ ਨਹੀਂ ਕਰਨਾ। ਪਹਿਲਾਂ ਮੈਂ ਪੁੱਛੂੰਗਾ, ਤੁਸੀਂ ਜਾਫੀ ਨਾਲ ਕੰਫਰਟੇਬਲ ਹੈਗੇ ਹਾਂ ਜੀ, ਕੰਫਰਟੇਬਲ ਹੈਗੇ ਹਾਂ, ਜਾਫੀ ਚਾਹੁੰਦੇ ਹਾਂ ਤੁਸੀਂ, ਓਕੇ ਜੀ, ਕਰ ਪੁੱਛ ਲਓ। ਜੇ ਤੁਹਾਨੂੰ ਸ਼ੱਕ ਹੈ, ਨਹੀਂ ਕੰਫਰਟੇਬਲ, ਫਿਰ ਨਾ ਕਰੋ। ਪਰ ਮੈਂ ਤੁਹਾਨੂੰ ਦੱਸਦਾ, ਸਾਰਾ ਜਿਹੜਾ ਸੰਸਾਰ ਹੈ ਉਹ ਭੁੱਖਾ ਹੈ ਪਿਆਰ ਤੋਂ। ਅੱਜ ਇੱਕ ਪੇਸ਼ੈਂਟ ਆਇਆ, ਉਹ ਡਿਸਟ੍ਰੈਸ ਜਿਹਾ ਲੱਗਿਆ। ਮੈਂ ਉਹਨੂੰ ਪੁੱਛਿਆ, ਤੈਨੂੰ ਹੱਗ ਦੀ ਲੋੜ? ਉਹ ਕਹਿੰਦਾ ਹਾਂ, ਮੈਨੂੰ ਬਹੁਤ ਦੁਖੀ ਹਾਂ ਅੱਜ। ਮੈਂ ਹੱਗ ਦਿੱਤੀ, ਉਹ ਖੁਸ਼ ਹੋ ਗਿਆ। ਸੋ ਆਪਦੀ ਰਿਕਵਰੀ ਵਧਾ ਸਕਦੇ ਹਾਂ ਇਸ ਸਿੰਪਲ ਜਿਹੇ ਤਰੀਕੇ ਦੇ ਨਾਲ। ਕਿਸੇ ਦੇ ਨਾਲ ਜੇ ਤੁਸੀਂ ਕਿਸੇ ਨੂੰ ਫੀਡਬੈਕ ਦੇਣਾ, ਉਹਨਾਂ ਦੇ ਹੱਥ ਫੜ ਕੇ ਉਹਨਾਂ ਨੂੰ ਦੱਸਦਾ, ਤੁਹਾਡੇ 'ਚ ਬਹੁਤ, ਮੈਨੂੰ ਤੁਹਾਡੇ 'ਚ ਇੱਕ ਗੁਣ ਵਧੀਆ ਦਿਸਦਾ ਮੈਨੂੰ, ਤੁਸੀਂ ਹਾਰਡ ਵਰਕਿੰਗ ਬਹੁਤ ਹੋ। ਇਹ ਅਸੀਂ ਐਕਸਚੇਂਜ ਕੀਤੇ, ਮੈਂ ਉਹਨਾਂ ਦੇ ਹੱਥ ਫੜ ਲਏ ਦੱਸਣ ਵਾਸਤੇ। ਮੇਰੀ ਕੋਈ ਸੈਕਸ਼ੂਅਲ ਰਿਲੇਸ਼ਨਸ਼ਿਪ ਨਹੀਂ ਹੈਗੀ ਇਹਦੇ ਨਾਲ, ਹੱਥ ਫੜ ਸਕਦਾ। ਇਹ ਸਾਰੇ ਭੁਲੇਖੇ ਪਾਏ ਹੋਏ ਆ ਸੋਸਾਇਟੀ ਨੇ ਤੁਹਾਡੇ ਮਨ ਵਿੱਚ, ਕਿਸ ਤਰ੍ਹਾਂ ਇੱਕ ਬੰਦਾ ਦੂਜੇ ਬੰਦੇ ਨਾਲ ਕਿਵੇਂ ਵਰਤ ਸਕਦਾ। ਪਰ ਜਿਹੜਾ ਪਿਆਰ ਹੈ, ਆਕਸੀਟੋਸਨ ਰਿਲੀਸ ਕਰਦਾ, ਉਹ ਤੁਹਾਨੂੰ ਸ਼ਾਂਤ ਕਰਦੀ ਹੈ। ਹੁਣ ਮੈਂ ਭੁਪਿੰਦਰ ਨਾਲ ਪ੍ਰੈਕਟਿਸ ਕੀਤੀ, ਅਸੀਂ ਇਹਨਾਂ ਦੇ ਨਾਲ ਪਿਆਰ ਹੈ ਮੇਰਾ, ਪਰ ਇਹੋ ਜਿਹਾ ਜਿਹੜਾ ਮੈਂ ਇਹ ਦਿਮਾਗ ਨੂੰ ਜਗਾਤਾ ਹੈ ਨਾ, ਆਕਸੀਟੋਸਨ ਵੱਧ, ਇਹਦਾ ਫਾਇਦਾ ਹੈਗਾ ਮੇਰੀ ਵਾਈਫ ਅਤੇ ਮੇਰੀ ਰਿਲੇਸ਼ਨਸ਼ਿਪ ਵਿੱਚ, ਮੇਰੀ ਮਾਂ ਅਤੇ ਮੇਰੀ ਰਿਲੇਸ਼ਨਸ਼ਿਪ, ਮੇਰਾ ਫਾਦਰ ਦੇ ਨਾਲ। ਜੇ ਮੈਂ ਇੱਕ ਥਾਂ ਤਕੜਾ ਕਰਦਾ, ਉਹ ਸਿਸਟਮ ਉਹ ਸਾਰੇ ਥਾਂ ਤਕੜਾ ਹੋ ਜਾਂਦਾ। ਸੋ ਜਦੋਂ ਅਸੀਂ ਰਿਕਵਰੀ ਵਿੱਚ ਹਾਂ, ਜੇ ਮੌਕਾ ਆਉਂਦਾ ਹੈ ਨਾ, ਤੁਸੀਂ ਕੋਈ ਪੁਰਾਣਾ ਬੰਦਾ ਆਇਆ, ਉਹ ਰੀਲੈਪਸ ਹੋ ਗਿਆ, ਤੁਸੀਂ ਉਹਨੂੰ ਥੋੜ੍ਹਾ ਅਪਲਿਫਟ ਕਰਨਾ ਚਾਹੁੰਦੇ, ਉਹਨੂੰ ਪੁੱਛ ਲਓ ਹੱਕ ਚਾਹੀਦੀ ਤੈਨੂੰ, ਅਤੇ ਫਿਰ ਉਹਨੂੰ ਬਹੁਤ ਪਿਆਰ ਨਾਲ ਜਾਫੀ ਦੇ ਦਿਓ। ਪੁੱਛ ਲਓ ਪਹਿਲਾਂ, ਜੇ ਕਹਿੰਦਾ ਨਾ, ਕਿਸੇ ਨੂੰ ਫੋਰਸ ਨਹੀਂ ਕਰਨੀ। ਪਰ ਮੈਂ ਤੁਹਾਨੂੰ ਸੁਜੈਸਟ ਕਰਦਾ, ਜੇ ਤੁਸੀਂ ਜਾਫੀ ਦੇ ਨਾਲ ਨਹੀਂ ਕੰਫਰਟੇਬਲ, ਸ਼ੁਰੂ ਹੋ ਜਾਓ ਕਿ ਤੁਸੀਂ ਕੰਫਰਟੇਬਲ ਹੈਗੇ ਹੈ, ਉੱਥੋਂ ਸ਼ੁਰੂ ਕਰ ਲਓ, ਉੱਥੋਂ ਪ੍ਰੈਕਟਿਸ ਕਰ ਲਓ, ਹੌਲੀ ਹੌਲੀ ਵਧਾ ਲਓ, ਇਹ ਥੈਰੇਪੀ ਸਮਝ ਕੇ ਕਰ ਲਓ, ਅਤੇ ਫਿਰ ਤੁਹਾਡਾ ਰਾਸਤਾ ਘੱਟ ਹੋ ਜੂਗਾ। ਬਹੁਤ ਲੋਕ ਰੱਬ ਨੂੰ ਬਹੁਤ ਪਿਆਰ ਕਰਦੇ ਆ, ਉਹ ਪਾਠ ਕਰਦੇ ਰਹਿੰਦੇ ਆ, ਪਰ ਉਹਨਾਂ ਦੇ ਵਿੱਚ ਆ ਜ਼ਖਮ ਹੈਗਾ। ਰੱਬ ਪਿਆਰ ਜਦੋਂ ਦਿੰਦਾ, ਉਹ ਇਹ ਹਾਰਮੋਨ ਦੇ ਵਿੱਚ ਹੀ ਦਿੰਦਾ। ਜੇ ਤੁਸੀਂ ਆਹ ਨਹੀਂ ਜਾ ਸਕਦੇ, ਤੁਸੀਂ ਰੱਬ ਦੇ ਨਾਲ ਪੂਰਾ ਕਨੈਕਟ ਨਹੀਂ ਕਰ ਸਕਦੇ, ਗੈਪ ਪੈ ਜੂਗਾ, ਠੀਕ ਹੈ। ਸੋ ਜਿਹੜੇ ਰਿਕਵਰੀ ਵਿੱਚ ਹੈਗੇ ਆ, ਉਹਨਾਂ ਨੂੰ ਇਹ ਚੀਜ਼ ਬਹੁਤ ਸਮਝਣੀ ਪੈਂਦੀ ਹੈ।
ਹੱਗ ਕਾਹਤੋਂ ਕਰਨਾ, ਕਿਵੇਂ ਕਰਨਾ, ਕੀ ਫਾਇਦਾ, ਮੈਂ ਆਪ ਵੀਡੀਓ ਵਿੱਚ ਆ ਸਾਰਾ ਸਮਝਾਤਾ। ਕੋਈ ਕੁਐਸਚਨ ਜਿਹੜੀ ਮੈਂ ਨਹੀਂ ਆਨਸਰ ਦਿੱਤੀ? ਸੋ ਹਾਂ, ਇਹ ਜਿਹੜਾ ਆਕਸੀਟੋਸਨ ਹੈਗਾ ਇਹ ਟੈਨਸ਼ਨ ਨੂੰ ਘਟਾਉਂਦੀ ਹੈ। ਔਰ ਜਦੋਂ ਬੱਚਾ ਕਰਦਾ ਉਹ ਟੈਨਸ਼ਨ 'ਚ, ਮਾਂ ਜਾਫੀ ਦੇ ਨਾਲ ਫੜਦੀ ਹੈ ਅਤੇ ਰੌਕ ਕਰਦੀ ਹੈ, ਇਹ ਉਹਦਾ ਕੋਰਟੀਜ਼ੋਲ, ਉਹਦਾ ਸਟ੍ਰੈਸ ਹਾਰਮੋਨ ਘਟਾਉਂਦੀ ਹੈ ਚੰਗਾ ਤਰੀਕੇ ਦੇ ਨਾਲ। ਉਹਦੇ ਨਾਲ ਆਦਮੀ ਨੂੰ ਘੱਟ ਟੈਨਸ਼ਨ ਰਹਿੰਦੀ ਹੈ। ਠੀਕ ਹੈ, ਹੋਰ ਕੁਐਸਚਨ? ਹਾਂਜੀ, ਜਿੱਦਾਂ ਤੁਸੀਂ ਕਿਹਾ ਕਿ ਘਟੇ ਆ, ਪੁੱਛ ਲਓ ਬੰਦੇ ਨੂੰ ਕੰਫਰਟੇਬਲ ਹੈਗਾ ਕਿ ਨਹੀਂ। ਜੇ ਮੈਂ ਆਪਣਾ ਇਹ ਦੱਸਦਾ ਐਕਸਪੀਰੀਅੰਸ, ਮੈਂ ਨਹੀਂ ਕਰਦਾ ਹੱਗ ਨਹੀਂ ਇੰਨੇ ਦਿਨ ਦਾ, ਅਤੇ ਮੈਨੂੰ ਇਹ ਡਰ ਲੱਗਦਾ ਰਹਿੰਦਾ ਕਿ ਅਗਲੇ ਨੇ ਜੇ ਪੁੱਛ ਵੀ ਲਿਆ ਇਹ ਠੀਕ ਆ, ਇਹਨੇ ਕੁਛ ਪੀਤੀ ਤਾਂ ਨਹੀਂ ਗੀ, ਇਜ਼ ਅੰਡਰ ਇਨਫਲੂਐਂਸ, ਮੇ ਬੀ ਦੈਟਸ ਵਾਈ ਹੀ ਇਜ਼ ਆਸਕਿੰਗ ਮੀ ਦਿਸ ਔਕਵਰਡ ਕੁਐਸਚਨ। ਪਹਿਲਾਂ ਤਾਂ ਕਦੇ ਇੱਦਾਂ ਕੀਤਾ ਨਹੀਂ। ਹਾਂ, ਇਹ ਵੀ ਡਰ ਰਹਿੰਦਾ ਮਨ 'ਚ, ਲਾਈਕ ਜੇ ਕੋਈ ਤੁਹਾਨੂੰ ਪੁੱਛਦਾ ਹੱਗ, ਤੁਸੀਂ ਹੱਗ ਲੈ ਲਓਗੇ ਅਤੇ ਤੁਸੀਂ ਸੋਚਦੇ ਉਹ ਸ਼ਾਇਦ ਉਹਨੇ ਪੀਤੀ ਹੋਈ ਹੈ। ਹਾਂ, ਮੈਂ ਆਪਣੀ ਕਰਦਾ ਗੱਲ ਜਿੱਦਾਂ ਮੈਂ ਤੁਹਾਨੂੰ ਕਹਾਂ। ਹਾਂ, ਤੁਸੀਂ ਸੋਚੋਗੇ ਹਾਂ ਵੀ ਕਦੇ ਤਾਂ ਇਹਨੇ ਇੱਦਾਂ ਕਦੀ ਹੱਗ ਦਿੱਤੀ ਨਹੀਂ, ਅਤੇ ਅੱਜ ਕੀ ਹੋ ਗਿਆ ਇਹਨੂੰ, ਅਤੇ ਇਹ ਪੱਕਾ ਹੋਊਗਾ। ਜੇ ਤੁਸੀਂ ਕੁਛ ਨਵਾਂ ਕਰਦੇ ਹੈ ਤਾਂ ਤੁਸੀਂ, ਤੁਹਾਡਾ 20 ਸਾਲ ਡਰਿੰਕਿੰਗ ਦਾ ਹਿਸਟਰੀ, ਕਿਸੇ ਨੇ ਸੋਚਣਾ ਘੋੜੇ ਤਾਂ ਨਹੀਂ ਚੜ ਗਏ ਤੁਸੀਂ, ਕੁਛ ਕੁਛ ਗਲਤ ਤਾਂ ਨਹੀਂ ਕੀਤਾ, ਹੈ ਨਾ? ਅਤੇ ਤੁਸੀਂ ਉਹਨਾਂ ਨੂੰ ਸਮਝੋ ਨਾ, ਉਸ ਕਰਕੇ ਮੈਂ ਵੀਡੀਓ ਬਣਾਤੀ, ਵੀਡੀਓ ਭੇਜ ਦਿਉ ਉਹਨੂੰ, ਕਿਉਂਕਿ ਇਹ ਚੰਗੀ ਗੱਲ ਹੈ ਕਮਿਊਨਿਟੀਜ਼ ਦੇ ਵਿੱਚ। ਇਹ ਪਹਿਲਾਂ ਹੁੰਦਾ ਸੀ, ਅੱਜ ਕੱਲ੍ਹ ਪਤਾ ਨਹੀਂ ਕੀ ਹੋ ਗਿਆ, ਲੋਕ ਹੱਗ ਕਰਨ ਨੂੰ ਹਟ ਗਏ, ਸਮਾਰਟਫੋਨ ਨਾਲ ਜ਼ਿਆਦਾ ਕਰਨ ਲੱਗ ਪਏ, ਹਿਊਮਨ ਕੰਟੈਕਟ ਇਜ਼ ਲੈਸ, ਅਤੇ ਸਾਨੂੰ ਦੱਸਦਾ ਇਫੈਕਟ ਕੀ ਹੈ। ਸੋ ਜੇ ਅਨਯੂਜੁਅਲ ਹੈ, ਜੇ ਉਹ ਤੇ ਤੁਹਾਨੂੰ ਲੱਗਦਾ ਉਹ ਇੰਟੋਕਸੀਕੇਟਡ ਹੈ, ਫਿਰ ਤੁਸੀਂ ਆਪਦੇ ਡਿਸਕ੍ਰੈਸ਼ਨ ਯੂਜ਼ ਕਰ ਲਓ। ਕਈ ਵਾਰੀ ਦੁਖੀ ਬੰਦੇ ਜਸਟ ਹੱਗ ਚਾਹੁੰਦਾ, ਮੈਂ ਕਹਿੰਦਾ ਨਹੀਂ ਹਰ ਇੱਕ ਬੰਦੇ ਨੂੰ ਹੱਗ ਕਰਨਾ, ਇਹ ਨਹੀਂ ਕਹਿੰਦਾ, ਪਰ ਜਿਹੜੇ ਤੁਹਾਡੇ ਰਿਕਵਰੀ ਵਿੱਚ ਸਰਕਲ ਹੈਗਾ, ਅਸੀਂ ਖੁਸ਼ ਹਾਂ ਉਹਨਾਂ ਨੂੰ ਮਿਲ ਕੇ, ਸੋਚ ਲਓ ਹਾਂ ਹੱਗ ਦਾ ਫਾਇਦਾ। ਜੇ ਤੁਸੀਂ ਹੱਗ ਕੰਫਰਟੇਬਲ ਹੁੰਦੇ ਹੋ, ਫਿਰ ਤੁਸੀਂ ਕੰਫਰਟੇਬਲ ਹੋ ਕੇ ਆਪਦੇ ਬੱਚੇ ਨੂੰ ਹੱਗ ਕਰ ਸਕਦੇ। ਜੇ ਤੁਹਾਡਾ ਸੁੰਗੜਿਆ ਹੋਇਆ ਸਿਸਟਮ, ਸੁੰਗੜਾ ਸ਼੍ਰਿੰਕ, ਹਾਂ, ਜੇ ਤੁਹਾਡਾ ਸੁੰਗੜਿਆ ਹੋਇਆ ਹੋਇਆ ਅਤੇ ਤੁਸੀਂ ਬੱਚੇ ਆਪਦੇ ਮੁੰਡੇ ਨੂੰ ਹੱਗ ਦਿੰਦੇ ਹੈ, ਤੁਹਾਨੂੰ ਲੱਗਦਾ ਉਹ ਹੱਗ ਤੁਹਾਡਾ ਮਹਿਸੂਸ ਕਰੂਗਾ? ਮੈਂ ਇੱਕ ਕੋਰਸ ਕੀਤਾ ਸੀਗਾ, ਉਹਦੇ ਵਿੱਚ ਹੱਗ ਬਾਬਤ ਦੱਸਦੇ ਸੀ। ਮੈਂ ਕਾਫੀ ਕੁਛ ਰਿਕਵਰੀ ਕੀਤਾ, ਪਰ ਮੈਂ ਇਹ ਚੀਜ਼ ਮੈਂ ਥੋੜ੍ਹਾ ਘੱਟ ਕੀਤਾ। ਪਰ ਮੈਂ ਪ੍ਰਭਜੀਤ ਨੂੰ ਪੁੱਛ ਲਿਆ, ਉਹ ਕਹਿੰਦੀ ਤੁਹਾਡੀ ਹੱਗ ਬਹੁਤ ਵਧੀਆ ਹੋਊਗੀ, ਤੁਸੀਂ ਖੁੱਲ੍ਹ ਕੇ ਰਿਲੈਕਸ ਹੋ ਕੇ ਹੱਗ ਕਰਦੇ ਹੋ, ਵਧੀਆ ਲੱਗਦਾ। ਜਿਹੜਾ ਆਦਮੀ ਦਾ ਆਹ ਚੀਜ਼ ਸੁੰਗੜਿਆ ਪਿਆ, ਉਹ ਦੂਜੇ ਦੇ ਨਾਲ ਨਹੀਂ ਕਨੈਕਟ ਕਰ ਸਕਦਾ। ਸੋ ਜੇ ਤੁਸੀਂ ਇਸ ਚੀਜ਼ ਤੋਂ ਡਰਦੇ ਹਾਂ
ਫਿਰ ਇਹ ਚੰਗਾ ਟਾਰਗੇਟ ਹੈਗਾ ਉਹਦੇ 'ਤੇ ਕੰਮ ਕਰਨਾ। ਜੇ ਤੁਹਾਨੂੰ ਲੱਗਦਾ ਕੋਈ ਬਲੋਕ ਹੈਗਾ, ਨਾਮ ਐਸ ਪੀ ਪੜ੍ਹ ਲਓ, ਅਰਦਾਸ ਕਰ ਲਓ, ਇਹਦੇ 'ਤੇ ਧਿਆਨ ਕਰਨ ਲੱਗ ਪਓ, ਵਾਹਿਗੁਰੂ ਨੂੰ ਪੁੱਛ ਲਓ ਕਿਵੇਂ ਠੀਕ ਕਰ ਸਕਦੇ ਹਾਂ। ਅਤੇ ਜੇ ਬਾਲਾ ਤੁਹਾਡਾ ਐਕਸਪੀਰੀਅੰਸ ਨਹੀਂ ਪਿਛਲੇ ਟਾਈਮ ਤੋਂ, ਅੱਜ ਤੋਂ ਸ਼ੁਰੂ ਕਰ ਲਓ, ਤੁਸੀਂ ਆਪਦਾ ਰਾਸਤਾ ਬਹੁਤ ਛੇਤੀ ਕਰ ਲੈਣਾ ਠੀਕ ਹੋਣ ਦਾ। ਜੇ ਤੁਸੀਂ ਇਹਨੂੰ ਇਗਨੋਰ ਕਰਦੇ ਹੋ, ਤੁਸੀਂ ਵਾਰ ਵਾਰ ਰੀਲੈਪਸ ਕਰੋਗੇ, ਅਤੇ ਤੁਸੀਂ ਇਹ ਪੁੱਛੋ ਕਾਹਤੋਂ ਕਾਹਤੋਂ ਕਾਹਤੋਂ, ਇਹੀ ਹੈ। ਬਹੁਤ ਜਾਣਿਆਂ ਕਰੋਨਿਕ ਡਰਾਮਾ ਜਿਹੜੇ ਬਹੁਤ ਮੁਸ਼ਕਲਾਂ ਦੇਖੀਆਂ ਬਚਪਨ ਤੋਂ, ਇਹ ਬਹੁਤ ਵੱਡਾ ਕਾਟ ਹੁੰਦਾ। ਸੋ ਉਹ ਅਸੀਂ ਪੂਰਾ ਕਰਨ ਦੀ ਥੋੜ੍ਹੀ ਡਾਇਰੈਕਸ਼ਨ ਦਿੰਦੇ। ਹੋਰ ਕੁਐਸਚਨ? ਮੇਕ ਸੈਂਸ? ਕੀ ਸਿੱਖਿਆ ਨਵੀਂ ਚੀਜ਼? ਪਤਾ ਸੀ ਨਹੀਂ, ਡੋਪਾਮਾਈਨ ਬਾਰੇ ਕਾਫੀ ਕੁਝ ਪਤਾ ਸੀ, ਆਕਸੀਟੋਸਿਨ ਬਾਰੇ ਨਹੀਂ ਇੰਨਾ ਪਤਾ ਸੀ। ਠੀਕ ਹੈ, ਫਿਰ ਅਸੀਂ ਇੱਥੇ ਕੀ ਰਹਿੰਦੇ? ਜੇ ਮੈਂ ਕੋਈ ਗਲਤ ਬੋਲਿਆ, ਅਗੇਨ ਹਮੇਸ਼ਾ ਕਿਸੇ ਨੂੰ ਪੁੱਛੀਦਾ ਕੰਟੈਕਟ ਕਰਨ ਤੋਂ ਪਹਿਲਾਂ। ਜੇ ਤੁਹਾਨੂੰ ਲੱਗਦਾ ਉਹ ਹਾਂ ਕਹਿੰਦਾ ਪਰ ਨਹੀਂ ਕਰਨਾ ਚਾਹੁੰਦਾ, ਨਾ ਕਰੋ। ਕਿਸੇ ਨੂੰ ਨਹੀਂ ਫੋਰਸ ਕਰਨਾ, ਕਿਸੇ ਆਪਦੀ ਵਾਈਫ ਨੂੰ ਆਇਆ ਨਹੀਂ ਕਹਿਣਾ ਡਾਕਟਰ ਗਿੱਲ ਨੇ ਕਹਿਣਾ ਤੈਨੂੰ ਮੈਨੂੰ ਹਫੀ ਕਰ ਜਫੀ ਕਰਨੀ ਪੈਣੀ ਹੈ, ਉਹਦੇ ਨਾਲ ਕੁਛ ਕੋਈ ਆਕਸੀਟੋਸਿਨ ਨਹੀਂ ਨਾ ਆਉਣਾ। ਜਦੋਂ ਅਸੀਂ ਕਿਸੇ ਨੂੰ ਫੋਰਸ ਕਰਦੇ ਕੁਛ ਚੰਗਾ ਨਹੀਂ ਹੁੰਦਾ। ਜੇ ਕੋਈ ਕੰਫਰਟੇਬਲ ਹੈ ਨਹੀਂ ਵਾਈਫ ਨਾਲ, ਜੇ ਤੁਸੀਂ ਉਹਨੂੰ ਕਹਿਣਾ ਅਸੀਂ ਹੈਂਡ ਹੋਲਡ ਕਰੀਏ ਤੇ ਉਹਨੇ ਲੜ ਪੈਣਾ ਤੁਹਾਡੇ ਨਾਲ, ਕਿਉਂਕਿ ਤੁਸੀਂ 20 ਸਾਲ ਨਹੀਂ ਕੀਤਾ, ਲੜਨਾ ਹੀ ਹੈ। ਪਰ ਇਹ ਗਲਤ ਨਹੀਂ ਹੈਗਾ, ਬਾਰ ਬਾਰ ਪੁੱਛੋ ਉਹਨਾਂ ਨੂੰ, ਤੇ ਇੱਕ ਟਾਈਮ ਉਹਨਾਂ ਨੇ ਕਹਿਣਾ ਚਲੋ ਠੀਕ ਹੈ, ਤੇ ਉਹ ਰਿਲੇਸ਼ਨਸ਼ਿਪ ਥੋੜ੍ਹੀ ਹੋਰ ਠੀਕ ਹੋਣ ਲੱਗ ਪਈ। ਵਾਈਫ ਨਾਲ ਜੇ ਕੰਟੈਕਟ ਕਰਨਾ, ਹਮੇਸ਼ਾ ਸੈਕਸ ਨਹੀਂ ਪਾ ਦੇਣਾ, ਕਦੇ ਕਦੇ ਹੱਗ ਕਰਕੇ ਜਾਂ ਇਹਦੇ 'ਚ ਖੁਸ਼ੀ ਲਾ ਲਓ। ਜੇ ਤੁਸੀਂ ਪੁੱਛਦੇ ਹਾਂ ਹੱਗ 'ਚ ਕੀ ਖੁਸ਼ੀ ਹੈ, ਸੈਕਸ ਵਿੱਚ ਖੁਸ਼ੀ ਹੈ, ਤੁਸੀਂ ਪੂਰਾ ਉਲਟ ਹੋ ਗਏ। ਸਭ ਤੋਂ ਮਾੜੀ ਚੀਜ਼ ਤੁਹਾਡੇ ਵਾਸਤੇ ਸੈਕਸ ਹੈ। ਫਿਰ ਹੱਗ ਵਿੱਚ ਕੰਫਰਟੇਬਲ ਹੋ ਜਾਓ ਕੋਈ ਵੀ ਦਿਨ, ਤੇ ਤੁਹਾਡੇ ਕਾਫੀ ਅੱਗੇ ਹੋ ਜੂਗਾ ਕੰਮ। ਜੇ ਤੁਸੀਂ ਆਪ ਪੂਰਾ ਕਰਦੇ ਹੋ ਆਪਦੀ ਰਿਲੇਸ਼ਨਸ਼ਿਪ ਵਿੱਚ, ਸੈਕਸ ਆਪੇ ਵਾਧੂ ਆ ਜੂਗਾ, ਭਾਲਣਾ ਤਾਂ ਪੈਣਾ ਨਹੀਂ। ਸੋ ਜੀ, ਇਹ ਸੀਰੀਅਸ ਗੱਲ ਹੈਗੀ ਹੈ, ਸੀਰੀਅਸ ਲੈ ਲਓ। ਹਰੇਕ ਬੰਦੇ ਨੂੰ ਨਹੀਂ ਹੱਗ ਕਰਨੀ, ਪਰ ਹੱਗ ਦੇਣੀ ਹੈ ਅਤੇ ਲੈਣੀ ਹੈ, ਅਤੇ ਤੁਸੀਂ ਓਪਨ ਰੱਖਣਾ ਆਪਦੇ ਮਨ, ਐਸਪੈਸ਼ਲੀ ਜੇ ਤੁਸੀਂ ਰਿਕਵਰੀ ਕਰਦੇ। ਕਈ ਢੰਗ ਦੇ ਹੱਗ ਹੈਗੇ ਹੈ, ਹਰਟ ਟੂ ਹਰਟ, ਹੱਥ ਤੁਸੀਂ ਆਪਦੇ ਕਿਸੇ ਦੇ ਪਿਛਲੇ ਪਾਸੇ, ਠੀਕ ਹੈ, ਹਮੇਸ਼ਾ ਪੁੱਛਣਾ ਪਰਮਿਸ਼ਨ।
ਐਸਪੈਸ਼ਲੀ ਜੇ ਤੁਸੀਂ ਕੋਈ ਲੇਡੀ ਨੂੰ ਹੱਗ ਕਰਨਾ। ਤੇ ਇੱਕ ਹੈਗਾ ਲੇਡੀ ਨੂੰ ਹੱਗ ਕਰਨਾ ਮਾੜੀ ਗੱਲ ਨਹੀਂ, ਐਸਪੈਸ਼ਲੀ ਰਿਕਵਰੀ ਜੇ ਕੋਈ ਰਿਕਵਰੀ ਵਿੱਚ ਹੈਗਾ। ਕਈ ਵਾਰੀ ਕੋਵੈਦ ਬੰਦੇ ਅਤੇ ਲੇਡੀਜ਼ ਇਕੱਠੇ ਹੈਗੇ ਰਿਕਵਰੀ ਵਾਲੀਆਂ ਚੀਜ਼ਾਂ ਪੜ੍ਹਦੇ ਆ, ਹੀਲ ਹੋਣ ਦੀਆਂ, ਆਪਦੇ ਧੀ ਸਮਝਣਾ ਜਾਂ ਆਪਦੀ ਭੈਣ ਸਮਝਣਾ ਜਾਂ ਆਪਦੀ ਮਾਂ ਸਮਝਣਾ, ਤੁਸੀਂ ਉਹਨਾਂ ਨੂੰ ਕਿਵੇਂ ਜਾਫੀ ਮਾਰੋਗੇ? ਅਤੇ ਉਹਨਾਂ ਨੂੰ ਉਵੇਂ ਹੀ ਮਾਰਨੀ ਹੈ, ਪੁੱਛ ਕੇ। ਅਤੇ ਜਾਂ ਤੁਹਾਨੂੰ ਕੋਈ ਸ਼ੱਕ ਲੱਗਦਾ, ਕੰਫਰਟੇਬਲ ਨਹੀਂ ਲੱਗਦੀ, ਹਾਂ ਕਹਿੰਦੀ ਹੈ ਪਰ ਨਹੀਂ ਕੰਫਰ, ਨਾ ਕਰੋ, ਠੀਕ ਹੈ। ਸੋ ਅੱਜ ਤੁਸੀਂ ਥੋੜ੍ਹਾ ਸਿੱਖ ਲਿਆ। ਹੋਰ ਕੋਈ ਕੁਐਸਚਨ ਹੈਗੀ ਹੈ? ਥੋੜ੍ਹਾ ਲੰਬਾ ਵੀਡੀਓ ਹੋ ਗਿਆ, ਪਰ ਹਜੇ ਮੈਂ ਕੁਛ ਗਲਤ ਬੋਲਦਾ, ਮਾਫ਼ੀ ਮੰਗਦਾ, ਅਤੇ ਸਾਨੂੰ ਦੱਸ ਦੀ। ਥੈਂਕ ਯੂ ਜੀ।